ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਅਕਸਰ ਅਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹਾਂ ਜਿਸ ਦੇ ਵਿੱਚ ਪੈਟਰੋਲ ਪੰਪ ਵਾਲਿਆਂ ਦਾ ਘਪਲਾ ਸਾਹਮਣੇ ਆਉਂਦਾ ਹੈ। ਕਈ ਵਾਰ ਮੀਟਰ ਚੱਲ ਰਿਹਾ ਹੁੰਦਾ ਹੈ ਪਰ ਪਾਈਪ ਦੇ ਵਿੱਚੋਂ ਸਿਰਫ ਹਵਾ ਹੀ ਨਿਕਲ ਰਹੀ ਹੁੰਦੀ ਹੈ ਤੇ ਕਈ ਵਾਰ ਪਾਣੀ ਮਿਲਾ ਕੇ ਤੇਲ ਪਾਇਆ ਜਾਂਦਾ ਹੈ। ਤੇ ਆਓ ਹੁਣ ਤੁਹਾਨੂੰ ਵਿਖਾਉਂਦੇ ਹਾਂ ਕਿ ਜਦੋਂ ਸਿੰਘ ਨੂੰ ਸ਼ੱਕ ਹੋਇਆ ਕਿ ਡੀਜ਼ਲ ਘੱਟ ਪਾਇਆ ਜਾ ਰਿਹਾ ਹੈ, ਘੱਟ ਨਾ ਪਿਆ ਜਾ ਰਿਹਾ ਹੈ, ਤਾਂ ਉਸਨੇ ਉਸੇ ਵੇਲੇ ਪੰਪ ਦੇ ਉੱਤੇ ਨਲਕੀ 'ਚ ਤੇਲ ਕਢਵਾ ਕੇ ਨਾਪਿਆ ਤੇ ਨਾਪਣ ਤੋਂ ਬਾਅਦ ਜੋ ਸਾਹਮਣੇ ਆਇਆ ਵੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਨਾ 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 ਨਾ, ਇੱਥੋਂ ਹੀ ਪਵਾਉਣਾ ਵੀ ਇੱਥੋਂ ਹੀ। ਹਾਂ, ਅਤੇ ਮੈਂ ਤੁਹਾਨੂੰ ਦਿਖਾਉਣਾ ਤੇਲ ਕਿੰਨਾ ਘੱਟ ਕਿੰਨਾ ਪਊਗਾ ਆਪਣੇ। ਆ ਜਾ ਵੀਰ ਮੇਰੇ, ਆ ਜਾ। ਹਾਂ ਆ ਜਾ ਇੱਧਰ, ਭਾਂਡਾ ਲੈ ਕੇ ਉਰੇ ਆ ਜਾ। ਅਸੀਂ ਪਹਿਲਾਂ 100 ਦਾ ਨਾ ਭਾਂਡੇ 'ਚ ਪਾਉਣਾ, ਬਾਅਦ 'ਚ ਗੱਡੀ 'ਚ ਪਾਵਾਂਗੇ। ਇਹ ਗੱਡੀ ਵੀ ਸਾਡੀ ਕੁਦਰਤੀ, ਸਾਡੀ ਗੱਡੀ ਆ ਗਈ ਕੁਦਰਤੀ। ਆ ਜਾ ਹੈਂ, ਆਹ ਤੁਹਾਨੂੰ ਦਿਖਾਉਣੇ ਆ ਤੁਹਾਡੇ ਤਾਂ ਇਲਾਕੇ ਦਾ। ਆ ਜਾ ਵੀਰ, ਆ ਜਾ ਆ ਜਾ। ਸਾਹਮਣੇ ਹੋਊਗਾ ਨਾ, ਪਹਿਲਾਂ ਕੁਛ ਕੀਤਾ ਨਹੀਂ ਇਹਨੂੰ, ਦੇ ਸਾਹਮਣੇ 100 ਦਾ ਤੇਲ ਆਪਾਂ ਇੱਥੇ ਪਵਾਵਾਂਗੇ, ਪਹਿਲਾਂ ਭਾਂਡੇ 'ਚ ਬਾਹਰ, ਬਾਅਦ 'ਚ ਗੱਡੀ। ਚਲੋ ਜੀ, ਠੀਕ ਹੈ ਨਾ ਜੀ, ਆਪਾਂ ਗਲਤ ਤਾਂ ਨਹੀਂ। ਗੱਡੀ 'ਚ ਪਵਾਇਆ, ਮੈਂ ਪਵਾ ਕੇ ਲੈ ਕੇ ਗਿਆ ਇੱਥੋਂ ਤੇਲ। ਤੇਲ ਅੱਧ ਅੱਧ ਨਹੀਂ ਟੱਪੀ। ਆ ਜਾ ਭਾਂਡਾ ਲੈ ਕੇ ਆ ਜਾ ਕੇ। ਆਹ ਦੇਖੋ ਜੀ, ਹੁਣ 100 ਦਾ ਤੇਲ ਨਾ ਆਪਾਂ ਭਾਂਡੇ 'ਚ ਪਵਾਵਾਂਗੇ। 100 ਦਾ ਤੇਲ ਅਸੀਂ ਭਾਂਡੇ 'ਚ ਪਵਾਵਾਂਗੇ, ਅਸੀਂ ਭਾਂਡੇ 'ਚ 100 ਦਾ ਤੇਲ ਪੈਂਦਾ ਦੇਖਣਾ। ਲਿਆ ਵੀ ਆ ਜਾ, ਲੈ ਵੀਰੇ 100 ਦਾ ਪਹਿਲਾਂ ਭਾਂਡੇ 'ਚ ਪਾ, ਭਾਂਡੇ 'ਚ ਪਾ ਕੇ ਚੈੱਕ ਕਰਾ। ਪੂਰਾ ਕਰ ਲਿਆ? ਨਾ ਨਾ, 100 ਦਾ ਪਾ, 1 ਲੀਟਰ ਪਾ ਦੇ। ਚੱਲ 1 ਲੀਟਰ ਪਾ ਦੇ। ਇੱਕ ਲੀਟਰ, 200 ਦਾ ਨਹੀਂ 1 ਲੀਟਰ ਪਾਉਣਾ। ਠਹਿਰ ਜਾ ਯਾਰ, ਠਹਿਰ ਜਾ। ਤੂੰ ਕਿੰਨਾ ਪਾਏਗਾ? 200 ਕਿੰਨਾ ਬਣ ਗਿਆ? 200 ਦਾ 3.4। ਹਾਂ ਹਾਂ, ਲਿਆ ਇਹਨੂੰ ਨਾਪ ਹੁਣ। ਲਿਆ ਬਈ, ਠਹਿਰ ਜਾ ਇੱਕ ਮਿੰਟ, ਭਾਂਡਾ ਲਿਆ। ਐਂ ਨਹੀਂ ਗਾ, ਭਾਂਡਾ ਲਿਆ, ਨਾ ਲੀਟਰ ਲਿਆ। ਆਹ ਦੇਖੋ ਜੀ, ਆਹ ਦੇਖੋ ਜੀ, ਆਹ 3 ਲੀਟਰ ਤੇਲ ਹੈ, ਆਹ 3 ਲੀਟਰ ਤੇਲ ਹੈ ਜੀ, ਆਹ 3 ਲੀਟਰ। ਇੱਕ ਮਿੰਟ, ਅਸੀਂ ਉੱਡੀ ਦੂਰ ਨਹੀਂ ਲਿਆਉਣਾ, ਇੱਥੇ ਨਾਪਣਾ। ਹਾਂ, ਇੱਥੇ ਤੇਰੇ ਸਾਹਮਣੇ ਨਾਪਦੇ ਹਾਂ। ਲਿਆ ਭਾਂਡਾ, ਲਿਆ ਯਾਰ, ਭਾਂਡਾ ਲਿਆਉਂਦਾ ਇੱਕ ਮਿੰਟ। ਲਿਆ ਲਿਆ ਲਿਆ, ਹੁਣ ਪਾ ਇਹਦੇ 'ਚ। ਕਿੰਨਾ ਪਾਉਣਾ ਜੀ ਸਾਹਿਬ? 1000 ਦਾ। ਹੁਣ ਇਹਦੇ 'ਚ ਪੂਰਾ ਪਊਗਾ। ਆਹ ਦੇਖੋ ਜੀ, 3 ਲੀਟਰ ਹੈ। ਅੱਛਾ, ਹਾਂਜੀ, ਐਵੇਂ ਨਹੀਂ ਅਸੀਂ ਰੌਲਾ ਪਾਉਂਦੇ। ਲਿਆ ਲਿਆ ਭਾਂਡਾ, ਲਿਆ, ਭੱਜ ਕੇ ਆ ਜਾ।
ਦੇਖ ਲਿਆ ਵੀਰੇ ਇਹਨੂੰ ਦੇਖਿਓ ਮਾੜਾ ਜਿਹਾ 3 ਲੀਟਰ ਆ ਇਹ ਆ ਲੈ ਵੀਰੇ ਕਰ 3 ਲੀਟਰ 3.2 ਪੂਰਾ ਕਰ ਇਹਨੂੰ ਆ ਜਾ ਉਰੇ ਜੇ ਭਾਂਡਾ ਰਿਹਾ ਆਹ ਦੇਖੋ ਜੀ ਇਸ ਦੇ ਵਿੱਚ ਗੇਲਣ ਦੇ ਵਿੱਚ ਇਹਨਾਂ ਨੇ ਨਾ 3 ਲੀਟਰ ਪਾਇਆ ਤੇਲ ਹੁਣ ਆਪਾਂ ਇਹਨਾਂ ਦੇ ਸਾਹਮਣੇ ਨਾਪਾਂਗੇ ਕਿੰਨਾ ਤੇਲ ਹੈ ਅੱਛਾ ਲਿਆ ਵੀਰ ਅੱਧਾ ਲੀਟਰ ਹੈ ਨਾ ਇਹ ਲੈ ਭਾਂਡਾ ਲਿਆ ਇੱਥੋਂ ਆਹ ਲਓ ਵੀਰੇ ਤੁਸੀਂ ਪਾਇਓ ਮਾੜਾ ਜਿਹਾ ਮੈਂ ਨਾ ਪਾਓ ਇੱਕ ਲੀਟਰ ਹੋ ਗਿਆ ਲੈ ਚੱਲ ਕੋਈ ਨਾ ਕੋਈ ਨਹੀਂ ਪੈਸੇ ਦੇ ਦੂੰ ਦੁੱਧ ਦੇ ਹਾਂ ਠਹਿਰ ਜਾ 2 ਲੀਟਰ ਹੋ ਗਿਆ ਆ ਲਓ ਜੀ ਇਹ ਆ ਲਓ 1 ਲੀਟਰ ਤੇ 2.0 ਘੱਟ ਪਾਉਂਦਾ ਤੇਲ ਇਹ ਪਿਆ ਅੱਜ ਇਹਦੇ ਵਿੱਚ ਆ ਜਾ ਵੀਰ ਆ ਜਾ ਉਰੇ ਆ ਜਾ ਬਾਈ ਜੀ ਤੁਸੀਂ 1 ਮਿੰਟ ਖੜਿਓ ਮਾੜਾ ਜਾ ਤੁਸੀਂ ਖੜਤਾ ਜਾ 1 ਮਿੰਟ ਜਿਹੜਾ ਤੇਲ ਘੱਟ ਨਿਕਲਿਆ ਤੁਸੀਂ ਇਹਦੇ ਬਾਰੇ ਕੋਈ ਕਹੋਗੇ ਕਿਉਂ ਘੱਟ ਨਿਕਲਿਆ ਜਿਹੜਾ ਤੇਲ ਘੱਟ ਨਿਕਲਿਆ ਕਿਉਂ ਨਿਕਲਿਆ ਘੱਟ ਬਾਈ ਜੀ ਮੈਂ ਤੁਹਾਨੂੰ ਇਹ ਗੱਲ ਪੁੱਛਦਾ ਜਿਹੜਾ ਤੇਲ ਘੱਟ ਨਿਕਲਿਆ ਕਿਉਂ ਨਿਕਲਿਆ ਨਹੀਂ ਕਿਉਂ ਨਿਕਲਿਆ ਮੈਂ ਇਹ ਪੁੱਛਦਾ ਤੁਹਾਨੂੰ ਤੁਸੀਂ ਆਏ ਨਹੀਂ ਜਵਾਬ ਦਿਓ ਮੈਨੂੰ ਜਿਹੜਾ ਘੱਟ ਨਿਕਲਿਆ ਕਿਉਂ ਨਿਕਲਿਆ ਮੈਨੂੰ ਐਂ ਦੱਸੋ ਜਵਾਬ ਦਿਓ ਇਹ ਜਾਣਾ ਨਹੀਂ ਜਵਾਬ ਦਿਓ ਕੀ ਜਵਾਬ ਹੈ ਘੱਟ ਨਿਕਲਿਆ ਨਾ ਘੱਟ ਹੈ ਨਾ 1 ਲੀਟਰ ਘੱਟ ਹੈ ਨਾ 3 ਲੀਟਰ ਮਗਰ 1 ਲੀਟਰ ਘੱਟ ਹੈ 3 ਲੀਟਰ ਮਗਰ 1 ਲੀਟਰ ਘੱਟ ਹੈ ਆ ਜਾ ਵੀਰ ਮੇਰਾ ਦੱਸੀ ਮਾੜਾ ਜਿਹਾ 3 ਲੀਟਰ ਮਗਰ 1 ਲੀਟਰ ਘੱਟ ਨਿਕਲਿਆ ਇਹਦਾ ਜਵਾਬ ਦੇ ਮੈਨੂੰ ਮਾੜਾ ਜਿਹਾ ਕੀ ਕਾਰਨ ਹੋ ਸਕਦਾ ਕਿਉਂ ਘੱਟ ਨਿਕਲਿਆ ਮੈਨੂੰ ਐਂ ਦੱਸ ਬਾਈ ਜੀ ਇਹ ਤੇਲ 1 ਲੀਟਰ ਘੱਟ ਨਿਕਲਿਆ 1 ਲੀਟਰ 2.0 ਘੱਟ ਨਿਕਲਿਆ ਕਿਉਂ ਘੱਟ ਨਿਕਲਿਆ ਦੱਸੀ ਮਸ਼ੀਨ 'ਚ ਨੁਕਸ ਹੈ ਕੀ ਕਾਰਨ ਹੈ ਕਿਉਂ ਘੱਟ ਨਿਕਲਿਆ ਦੱਸੀ ਮੇਰੇ ਇੱਧਰ ਤਾਂ ਦੱਸ ਮਾੜਾ ਜਿਹਾ ਮੈਨੂੰ ਦੱਸ ਪਹਿਲਾਂ ਹੈਲੋ ਬਾਈ ਜੀ ਇੰਨਾ ਘੱਟ 1 ਲੀਟਰ ਘੱਟ ਨਿਕਲਿਆ ਕਿਉਂ ਨਿਕਲਿਆ ਦੱਸੋ ਆਈ ਵੀਰੇ ਉੱਧਰਲੇ ਪਾਸੇ ਆ ਜਾਓ ਮਾੜਾ ਜਿਹਾ ਆ ਜਾਓ ਵੀਰੇ ਤੁਸੀਂ ਵੀ ਆ ਜਾਓ ਮਾੜਾ ਜਿਹਾ ਜੈ ਸਾਹਿਬ ਆ ਜਾਓ ਤੁਸੀਂ ਵੀ ਆ ਜਾਓ ਇੱਥੇ ਖੜੋ ਮਾੜਾ ਜਿਹਾ ਕਿਰਾ ਆ ਲਓ ਬਾਈ ਜੀ ਆਹ ਫਿਲਿੰਗ ਸਟੇਸ਼ਨ ਹੈ ਇਹਨਾਂ ਦਾ ਹਲਵਾਰੇ ਦਾ ਆਹ ਬੰਦੇ ਕੋਲੇ ਖੜੇ ਆ ਇਹਨਾਂ ਦੇ ਆ ਲਓ ਜੀ ਇਹਨਾਂ ਦੇ ਸਾਹਮਣੇ ਦੱਸੋ ਤੁਸੀਂ ਕਿੰਨਾ ਤੇਲ ਘੱਟ ਨਿਕਲਿਆ
ਤਿੰਨ ਲੀਟਰ ਪਵਾਏ ਤੁਸੀਂ, ਤੇਲ ਦੋ ਲੀਟਰ ਨਿਕਲਿਆ ਆਪਾਂ ਮਿਲਿਆ ਮਿਲਿਆ ਦੋ ਲੀਟਰ ਦੋ ਪੁਆਇੰਟ ਦੋ ਲੀਟਰ ਨਿਕਲਿਆ, ਇੱਕ ਲੀਟਰ ਤੇ ਦੋ ਪੁਆਇੰਟ ਘੱਟ ਨਿਕਲਿਆ, ਕਿਉਂ ਵੀਰੇ? ਹਾਂਜੀ ਇੰਨੇ ਨਿਕਲਿਆ ਘੱਟ ਨਿਕਲਿਆ, ਦੋ ਲੀਟਰ ਨਿਕਲਿਆ ਜੀ, ਤਿੰਨ ਲੀਟਰ, ਇਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ ਹਾਂਜੀ ਪੱਕਾ ਜੀ ਪੱਕਾ। ਬਸ ਜੀ ਸਾਹਿਬ, ਤੁਹਾਡੇ ਸਾਹਮਣੇ ਤੇਲ ਪਾਇਆ, ਤੇਲ ਮਿਣਿਆ ਤੁਹਾਡੇ ਸਾਹਮਣੇ, ਕਿੰਨਾ ਘੱਟ ਨਿਕਲਿਆ? ਇੱਕ ਲੀਟਰ ਘੱਟ ਨਿਕਲਿਆ, ਦੋ ਲੀਟਰ ਮਗਰ, ਤਿੰਨ ਲੀਟਰ ਮਗਰ, ਇੱਕ ਲੀਟਰ ਤੁਹਾਡੇ ਸਾਹਮਣੇ ਘੱਟ ਨਿਕਲਿਆ ਨਾ। ਇਹ ਮਸ਼ੀਨ 'ਚ ਹੇਰਾ ਫੇਰੀ ਆ, ਕਾਹਦੇ 'ਚ ਹੇਰਾ ਫੇਰੀ ਆ? ਮਸ਼ੀਨ 'ਚ ਹੇਰਾ ਫੇਰੀ ਆ ਨਾ। ਲੈ ਵੀਰੇ। ਜੀ ਹਾਂ, ਤਿੰਨ ਲੀਟਰ ਪਿੱਛੇ ਤਕਰੀਬਨ ਇੱਕ ਲੀਟਰ ਦਾ ਕਪਲਾ, ਮਤਲਬ ਸਿਰਫ ਤੇ ਸਿਰਫ ਦੋ ਲੀਟਰ ਹੀ ਤੇਲ ਪਾਇਆ ਜਾ ਰਿਹਾ ਸੀ, ਅਤੇ ਅਜਿਹਾ ਸਿਰਫ ਇੱਕ ਪੰਪ 'ਤੇ ਨਹੀਂ, ਹਰ ਦੂਸਰੇ ਤੀਸਰੇ ਪੰਪ ਦੇ ਉੱਤੇ ਹੁੰਦਾ ਹੀ ਹੈ। ਇਸ ਕਰਕੇ ਜਿਸ ਵੀ ਪੰਪ ਦੇ ਉੱਤੇ ਤੁਹਾਨੂੰ ਲੱਗਦਾ ਕਿ ਤੇਲ ਘੱਟ ਪਾਇਆ ਜਾ ਰਿਹਾ, ਉਸ 'ਤੇ ਨਜ਼ਰ ਰੱਖਣੀ ਸਾਡਾ ਆਪਣਾ ਫਰਜ਼ ਬਣਦਾ ਹੈ, ਕਿਉਂਕਿ ਸਾਡੀ ਹੱਕ ਹਲਾਲ ਦੀ ਕਮਾਈ ਅਗਰ ਕੋਈ ਧੋਖੇ ਧੜੀ ਦੇ ਨਾਲ ਲੈ ਰਿਹਾ ਹੈ ਤਾਂ ਸਾਡਾ ਫਰਜ਼ ਬਣਦਾ ਹੈ ਕਿ ਉਸਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਅਤੇ ਆਪਣੀ ਹੱਕ ਹਲਾਲ ਦੀ ਕਮਾਈ ਵੀ ਬਚਾਈ ਜਾਵੇ। ਅਤੇ ਨਾਲ ਹੀ ਇੱਕ ਹੋਰ ਚੀਜ਼ ਸਾਰੀ ਦੀ ਸਾਰੀ ਆਵਾਮ ਨੂੰ ਕਹਿਣਾ ਚਾਹਾਂਗੇ ਕਿ ਅਗਰ ਅਸੀਂ ਕਿਸੇ ਵੀ ਪੰਪ ਤੋਂ ਪੈਟਰੋਲ ਪਵਾਉਂਦੇ ਹਾਂ ਤਾਂ ਕਦੇ ਵੀ ਰਾਊਂਡ ਫਿਗਰ ਦੇ ਵਿੱਚ ਪੈਟਰੋਲ ਨਾ ਪਵਾਓ, ਹਮੇਸ਼ਾ ਟੁੱਟਵੇਂ ਫਿਗਰ ਦੇ ਵਿੱਚ ਹੀ ਤੇਲ ਪਵਾਇਆ ਜਾਵੇ। ਅਗਰ ਤੁਸੀਂ 1000 ਦਾ, 2000 ਦਾ, 1500 ਦਾ, 3000 ਦਾ, 4000 ਦਾ ਪਵਾਉਂਦੇ ਹੋ ਤਾਂ ਉਸ ਦੇ ਵਿੱਚ ਕਪਲਾ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਰਹਿੰਦੇ ਨੇ, ਕਿਉਂਕਿ ਇਹਨਾਂ ਅਮਾਊਂਟਸ ਦੇ ਉੱਤੇ ਮੀਟਰ ਦੀ ਰੀਡਿੰਗ ਕਈ ਪੰਪਾਂ ਦੇ ਵਿੱਚ ਸੈੱਟ ਕੀਤੀ ਹੁੰਦੀ ਹੈ ਕਿ ਆਟੋਮੈਟਿਕਲੀ ਹੀ ਤੇਲ ਘੱਟ ਪੈਂਦਾ ਹੈ, ਪਰ ਜੇਕਰ ਅਸੀਂ ਅਮਾਊਂਟ ਚੇਂਜ ਕਰਵਾ ਦਿੰਦੇ ਹਾਂ, 1005 ਜਾਂ 1007 ਕਰਵਾ ਦਿੰਦੇ ਹਾਂ, ਰਾਊਂਡ ਫਿਗਰ ਨੂੰ ਤੋੜ ਦਿੰਦੇ ਹਾਂ, ਤਾਂ ਕਿਤੇ ਨਾ ਕਿਤੇ ਪੈਟਰੋਲ ਸਹੀ ਮਾਤਰਾ ਦੇ ਵਿੱਚ ਹੀ ਸਾਡੀ ਗੱਡੀ ਦੇ ਵਿੱਚ ਪਵੇਗਾ। ਉਮੀਦ ਕਰਦਾ ਤੁਸੀਂ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋ। ਬਾਕੀ ਤੁਸੀਂ ਸਾਰੇ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।